ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜਿਹਾ ਆ ਨੂੰ ਪੰਜਾਬ 'ਚ ਇਥੇ ਹਾਈਲਾਈਟ ਦੇ ਬਾਵਜੂਦ ਹੋਈ ਲੱਖਾਂ ਦੀ ਲੁੱਟ ਹੈ। ਤਾਜ਼ਾ ਵੱਡੀ ਖਬਰ ਆਈ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤੋ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਹਾਂਜੀ ਪੰਜਾਬ 'ਚ ਇਥੇ ਹਾਈਲਾਈਟ ਦੇ ਬਾਵਜੂਦ ਵੀ ਲੱਖਾਂ ਦੀ ਲੁੱਟ ਹੋਈ ਹੈ। ਪ੍ਰਾਪਤ ਜਾਣਕਾਰ ਇਹ ਮਾਮਲਾ ਜ਼ਿਲੰਦਰ ਤੋਂ ਸਾਹਮਣੇ ਆਇਆ ਹੈ ਜਿੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵੱਲੋਂ ਜ਼ਿਲੰਦਰ ਪਹੁੰਚਣ ਨੂੰ ਦੇਖਦੇ ਹੋਏ ਸੁਰੱਖਿਆ ਤੇ ਭਾਰੀ ਇੰਤਜ਼ਾਮ ਕੀਤੇ ਗਏ ਸਨ ਇਸ ਦੇ ਬਾਵਜੂਦ ਅੱਜ ਗਾਜੀਗੁੱਲਾ ਰੋਡ ਤੇ ਪ੍ਰਕਾਸ਼ ਆਈਸਕ੍ਰੀਮ ਦੇ ਬਾਹਰ ਦੋ ਲੁਟੇਰਿਆਂ ਵੱਲੋਂ 5 ਲੱਖ ਰੁਪਏ ਦੀ ਲੁੱਟ ਕੀਤੀ ਗਈ ਇਹ ਹਾਸ ਉਸ ਸਮੇਂ ਵਾਪਰਿਆ ਜਦੋਂ ਦਾਣਾ ਮੰਡੀ ਵਿਖੇ ਜਲੰਧਰ ਸੇਲਜ਼ ਕੋਆਪਰੇਸ਼ਨ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਅਨਮੋਲ 5 ਲੱਖ ਰੁਪਏ ਦੀ ਰਕਮ ਕਾਰ ਵਿੱਚ ਜਮ੍ਹਾਂ ਕਰਵਾਉਣ ਲਈ ਜਾ ਰਹੇ ਸੀ ਤਾਂ ਰਸਤੇ ਵਿੱਚ ਪ੍ਰਕਾਸ਼ आइसक्रीम के कोल किसी काम के चलते हुए रोकया गया तो उस समय पैदल आने वाले नौजवानों वालों ग्डी का शीशा तोड़ के पैसे चुक ले गए दूजे नौजवान बाइक उत्ते सवार से दोवे ने ही इस घटना अंजाम दिता घटना स्थान तो ही फरार हो गई सारी घटना सीसी टीवी कैमरे च कैद हो गई तो पुलिस वालों घटना की जांच की जा रही है खबर अंत तक देखने तो बहुत बहुत धनवाद